हाँ जी भाई जी, सत श्री अकाल सारिआं नूं। की हाल चाल है सभी का, ते स्वागत है अपने चैनल पंजाबी इन हंगरी ते। ते सारिआं नूं बेनती है भी अपना चैनल सबसक्राइब करो वध तों वध, तां जो तुहाडे तक नवीं तों नवीं जानकारी पहुँच सके। ते अज्ज आपां गल करांगे शेंगन वर्क वीज़े बारे, जिहड़ा हंगरी दा भी उही वीज़ा हुंदा सेम ही, उहदे बारे गल करांगे भी उह किवें लैणा, भी स्टार्टिंग तों किवें प्रोसैस आ उहदा, क्योंकि कई पुछते रहते हैं भी किवें प्रोसैस है, वीरे किन्ना टाइम लग जाता, किहड़े किहड़े डाकूमेंट भी की करना पैंदा, जदों पहला अपना तोरना हुंदा प्रोसैस भी उदों की हुंदा वा, सारी जानकारी देवांगे। ते तुहानूं एक साइट का नेम भी दसांगे वीडियो दे विच, जे तां जो वीडियो पूरी देख लियो, फिर वो जिहड़ा पार्ट आ लंघ ना जाए, मैं उस साइट का नेम दसूंगा। इत्थे हंगरी दी आ साइट, उत्ते ते तुसीं सारी जानकारी लै सकदे हो वर्क वीज़े बारे, जां फैमिली सद्दणी आ, जां होर भी कोई भी जानकारी लैणी आ, तां ਉਹਦੇ ਸਾਈਟ ਤੋਂ ਤੁਹਾਨੂੰ ਮਿਲ ਜੂਗੀ। ਅਤੇ ਚਲੋ ਅੱਜ ਸ਼ੁਰੂ ਕਰਦੇ ਹਾਂ ਵੀਡੀਓ। ਅਤੇ ਹਾਂਜੀ, ਮੈਂ ਗੱਲ ਕਰੂੰਗਾ ਵਰਕ ਵੀਜ਼ੇ ਬਾਰੇ, ਹੰਗਰੀ ਦਾ ਵਰਕ ਵੀਜ਼ਾ ਵੀ ਕਿਵੇਂ ਕਰਨਾ ਵਾ, ਪ੍ਰੋਸੈਸ ਕਿਵੇਂ ਅਪਲਾਈ ਹੁੰਦਾ ਵਾ। ਅਤੇ ਸ਼ੈਨਗਨ ਵੀਜ਼ਾ ਹੀ ਲੱਗਦਾ ਜਦੋਂ ਆਪਾਂ ਵਰਕ ਵੀਜ਼ਾ ਲਗਵਾਉਂਦੇ ਹਾਂ, ਅੰਬੈਸੀ 'ਚੋਂ ਆਪਾਂ ਨੂੰ ਸ਼ੈਨਗਨ ਵੀਜ਼ਾ ਹੀ ਦਿੰਦੀ ਹੁੰਦੀ ਆ। ਇਹ ਕਈ ਟਾਈਪ ਦੇ ਹੁੰਦੇ ਆ, ਜਿਵੇਂ ਡੀ ਟਾਈਪ ਜਿਹੜਾ ਵੀਜ਼ਾ ਹੁੰਦਾ ਉਹ ਵਰਕ ਵੀਜ਼ਾ ਹੁੰਦਾ, ਜੇ ਤੁਹਾਡਾ ਵੀਜ਼ਾ ਲੱਗਦਾ ਹੁੰਦਾ ਉਹਦੇ 'ਤੇ ਡੀ ਲਿਖਿਆ ਹੋਊਗਾ, ਦੇਖਿਓ ਉਹ ਸਮਝ ਲਓ ਫਿਰ ਵਰਕ ਵੀਜ਼ਾ ਵਾ, ਵੈਸੇ ਉਹਦੇ 'ਤੇ ਸ਼ੈਨਗਨ ਵੀਜ਼ਾ ਲਿਖਿਆ ਹੁੰਦਾ ਵਾ। ਇੱਧਰ ਆ ਕੇ ਤੁਹਾਨੂੰ ਟੀ ਆਰ ਸੀ ਕਾਰਡ ਮਿਲ ਜਾਂਦਾ, ਉਹ ਜਾਣੀ ਕੰਮ ਦਾ ਹੁੰਦਾ ਵੀ ਤੁਹਾਡੇ ਕੰਪਨੀ ਦਾ ਨੇਮ ਲਿਖਿਆ ਹੁੰਦਾ ਉਹਦੇ 'ਤੇ, ਉਹ ਜਾਣੀ ਵਰਕ ਵੀਜ਼ੇ, ਫਿਰ ਆਪਾਂ ਉਦੋਂ ਬਾਅਦ ਉਹ ਵਰਤਦੇ ਹਾਂ ਇੱਧਰ ਆ ਕੇ। ਅਤੇ ਜਦੋਂ ਕੋਈ ਵੀ ਜਾਣੀ ਨਵਾਂ ਅਪਲਾਈ ਕਰਦਾ ਵਾ ਇੰਡੀਆ ਤੋਂ, ਤਾਂ ਉਹਨੇ ਪਹਿਲਾਂ ਆਪਣੀ ਪਹਿਲਾਂ ਪਾਸਪੋਰਟ ਦੀ ਕਾਪੀ ਭੇਜਣੀ ਹੁੰਦੀ ਆ, ਇਕੱਲੀ ਕਾਪੀ ਇੱਧਰ ਲੱਗਦੀ ਆ। ਜਦੋਂ ਵੀ ਪ੍ਰੋਸੈਸ ਤੋਰਨਾ ਤੁਹਾਨੂੰ ਕੋਈ ਵੀ ਕੰਪਨੀ ਕਹਿੰਦੀ ਆ ਵੀ ਕੋਈ, ਜਾਂ ਕੋਈ ਵੀਜ਼ਾ ਲਵਾਉਂਦਾ ਤੁਹਾਡਾ, ਤਾਂ ਸਿਰਫ ਪਹਿਲਾਂ ਪਾਸਪੋਰਟ ਦੀ ਕਾਪੀ ਲੱਗਦੀ ਆ ਇੱਧਰ, ਅਤੇ ਉਹ ਪਾਸਪੋਰਟ ਦੀ ਕਾਪੀ 'ਤੇ ਹੀ ਇੱਧਰ ਸਾਰੀ ਜਿਹੜੀ ਕੰਪਨੀ ਹੁੰਦੇ ਆ, ਕੰਪਨੀ ਵਾਲੇ ਪਰਮਿਸ਼ਨ ਲੈਂਦੇ ਨੇ ਇੱਧਰੋਂ ਸਾਰੀ, ਵੀ ਲੇਬਰ ਕੋਰਟ ਤੋਂ ਉਹ ਦਿਖਾਉਂਦੇ ਨੇ ਕੌਂਸਲਰ ਨੂੰ ਆਪਣੇ ਨੂੰ ਵੀ ਇਹ ਬੰਦਾ ਅਸੀਂ ਇੱਧਰ ਸੱਦਣਾ ਇੰਡੀਆ ਤੋਂ, ਅਤੇ ਇੱਧਰ ਕੰਮ ਕਰੇਗਾ ਇਹ, ਅਤੇ ਉਹ ਸਾਰੀਆਂ ਪਰਮਿਸ਼ਨਾਂ ਲੈ ਲੂ ਕੇ ਫਿਰ ਉੱਧਰ ਤੁਹਾਨੂੰ ਕੰਟਰੈਕਟ ਬਣਾ ਕੇ ਵੀ ਇੰਨੀ ਸੈਲਰੀ ਹੋਊਗੀ, ਇੰਨੇ ਘੰਟੇ ਕੰਮ ਕਰਨਾ, ਉਹ ਸਾਰਾ ਉਹਦੇ 'ਤੇ ਲਿਖਿਆ ਹੋਊਗਾ, ਅਤੇ ਫਿਰ ਤੁਹਾਨੂੰ ਸੈਂਡ ਕਰਦੇ ਆ ਉੱਧਰ, ਹੈ ਨਾ। ਇਹ 4-5 ਪੇਜ ਹੁੰਦੇ ਆ, ਜਾਣੀ ਹੰਗੇਰੀਅਨ ਲੈਂਗੁਏਜ 'ਚ ਹੀ ਹੁੰਦੇ ਆ ਜਿਹੜੇ ਤੁਹਾਡੇ ਕੋਲ ਆਉਣਗੇ ਉੱਧਰ। ਇਹ ਟਾਈਮ ਜਿਹੜਾ ਲੱਗ ਜਾਂਦਾ ਵਾ ਇੱਧਰ ਕਾਗਜ਼ ਤਿਆਰ ਕਰਨ ਨੂੰ, ਮਹੀਨਾ ਜਾਂ 2 ਮਹੀਨੇ ਵੱਧ ਤੋਂ ਵੱਧ, ਵੈਸੇ ਤਾਂ ਮਹੀਨੇ ਕੁ 'ਚ ਇੱਧਰ ਸਾਰੀ ਪਰਮਿਸ਼ਨ ਲੈ ਹੋ ਜਾਂਦੀ ਆ। ਇੱਧਰੋਂ ਜਾਣੀ ਉਹ ਸੈਨ ਕਰਕੇ ਭੇਜ ਦਿੰਦੇ ਆ ਆਪਣੇ ਉੱਧਰ, ਤੁਸੀਂ ਕੰਟਰੈਕਟ 'ਤੇ ਸੈਨ ਕਰਨਾ ਹੁੰਦਾ ਵਾ, ਅਤੇ ਤੁਹਾਡੇ ਕੋਲ ਆ ਜਾਣਾ ਉਹ 1-1.5 ਮਹੀਨੇ 'ਚ ਹੀ। ਅਤੇ ਉਦੋਂ ਬਾਅਦ ਤੁਸੀਂ ਉੱਧਰੋਂ ਆਪਣੇ ਸਾਰੇ ਡਾਕੂਮੈਂਟ ਲਾਉਣੇ ਆ ਵੀ, ਜਿਵੇਂ ਬਰਥ ਸਰਟੀਫਿਕੇਟ, ਆਧਾਰ ਕਾਰਡ ਜਿਹੜਾ ਅੰਬੈਸੀ 'ਚ ਲੱਗਣੇ ਨੇ, ਇੱਦਾਂ ਦੇ ਸਾਰੇ ਲੱਗਣੇ, ਬੈਂਕ ਸਟੇਟਮੈਂਟ, ਅਤੇ ਹੋਰ ਤੁਹਾਡਾ ਇੰਸ਼ੋਰੈਂਸ ਵਗੈਰਾ ਸਭ ਕੁਝ ਜਾਣੀ ਉੱਧਰ ਹੀ ਲੱਗਣਾ ਅੰਬੈਸੀ 'ਚ। ਇੱਧਰ ਤੁਹਾਡਾ ਹੋਰ ਕੋਈ ਕਾਗਜ਼ ਨਹੀਂ ਮੰਗਾਇਆ ਜਾਂਦਾ ਹੰਗਰੀ ਦੇ ਵਿੱਚ ਵੀ, ਕਈ ਜਿਵੇਂ ਏਜੰਟ ਕਹਿੰਦੇ ਆ ਵੀ ਸਾਨੂੰ ਆਹ ਦੇ ਦਿਉ, ਪੈਨ ਕਾਰਡ ਦੇ ਦਿਉ, ਫਲਾਨਾ ਦੇ ਦਿਉ, ਇੱਧਰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਕੰਟਰੈਕਟ ਆਉਣ ਤੋਂ ਪਹਿਲਾਂ। ਜਦੋਂ ਕੰਟਰੈਕਟ ਆ ਜਾਂਦਾ ਉਦੋਂ ਬਾਅਦ ਇਹ ਚੀਜ਼ਾਂ ਦੀ ਲੋੜ ਪੈਂਦੀ ਆ, ਸਭ ਤੋਂ ਪਹਿਲਾਂ ਪਾਸਪੋਰਟ ਦੀ ਕਾਪੀ ਉਹ ਲੱਗਦੀ ਆ ਇੱਧਰ, ਉਹਦੇ ਤੋਂ ਬਿਨਾਂ ਤੁਹਾਡੇ ਕੋਈ ਆਪਣਾ ਡਾਕੂਮੈਂਟ ਨਾ ਦਿਉ ਜਿੰਨਾ ਚਿਰ ਕੰਟਰੈਕਟ ਨਹੀਂ ਆਉਂਦਾ। ਅਤੇ ਫਿਰ ਉਹ PCCB ਵੀ ਜਿਹੜੀ ਹੁੰਦੀ ਆ ਉਹ ਬਾਅਦ 'ਚੋਂ ਹੀ ਲੱਗਦੀ ਆ ਕੰਟਰੈਕਟ ਆਉਣ ਤੋਂ ਬਾਅਦ, ਜਦੋਂ ਅੰਬੈਸੀ 'ਚ ਜਾਣਾ ਹੁੰਦਾ ਆਪਾਂ, ਹੈ ਨਾ। ਅਤੇ ਸਾਰੇ ਡਾਕੂਮੈਂਟ ਤਿਆਰ ਕਰਕੇ ਫਾਈਲ ਬਣਾ ਕੇ ਫਿਰ ਆਪਾਂ ਅੰਬੈਸੀ 'ਚ ਜਾਣਾ ਹੁੰਦਾ। ਅੰਬੈਸੀ ਦੀ ਜਿਹੜੀ ਅਪਾਇੰਟਮੈਂਟ ਹੁੰਦੀ ਆ ਉਹ ਵੀ 1-1.5 ਮਹੀਨੇ ਬਾਅਦ ਹੀ ਆਪਾਂ ਨੂੰ ਮਿਲ ਜਾਂਦੀ ਆ, ਹੈ ਨਾ। ਇੱਦਾਂ ਨਹੀਂ ਹੁੰਦਾ ਵੀ ਕਈ ਕਹਿੰਦੇ ਆ ਵੀ ਅਪਾਇੰਟਮੈਂਟ ਨਹੀਂ ਮਿਲ ਰਹੀ, ਅਪਾਇੰਟਮੈਂਟ ਤਾਂ ਜਦ ਹੀ ਮਿਲ ਜਾਂਦੀ ਆ ਦੂਜੇ ਦਿਨ ਹੀ, ਜਾਣੀ ਇੰਨਾ ਹੁੰਦਾ ਵੀ 1 ਮਹੀਨੇ ਬਾਅਦ ਦੀ ਮਿਲ ਗਈ, 1.5 ਮਹੀਨੇ ਜਾਂ 2 ਮਹੀਨੇ ਬਾਅਦ ਦੀ ਮਿਲ ਗਈ, ਹੈ ਨਾ। ਅਤੇ ਫਿਰ ਉੱਥੇ ਜਦੋਂ ਆਪਾਂ ਅੰਬੈਸੀ ਜਾਂਦੇ ਉੱਥੇ ਆਪਾਂ ਤੋਂ ਕੁਐਸਚਨ ਪੁੱਛਦੇ ਨੇ ਵੀ ਕੰਪਨੀ ਬਾਰੇ, ਕੰਮ ਬਾਰੇ ਵੀ ਕਿੰਨੀ ਸੈਲਰੀ ਹੋਊਗੀ, ਤੁਹਾਡੀ ਕੀ ਜਾਣਦੇ ਹੋ ਤੁਸੀਂ ਕੰਮ ਬਾਰੇ ਵਗੈਰਾ ਵਗੈਰਾ। ਅਤੇ ਉੱਥੇ ਇੰਟਰਵਿਊ ਹੋ ਜਾਂਦੀ, ਆਪਣੇ ਫਿੰਗਰ ਹੋ ਜਾਂਦੇ ਆ, ਫੋਟੋ ਖਿੱਚ ਲੈਂਦੇ ਨੇ ਆਪਣੀ, ਅਤੇ ਉਹ ਆਪਾਂ ਨੂੰ ਸਲਿੱਪ ਦੇ ਦਿੰਦੇ ਨੇ ਵੀ ਤੁਹਾਡੀ ਫਾਈਲ ਜਮ੍ਹਾਂ ਹੋ ਗਈ, ਹੈ ਨਾ। ਅਤੇ ਉਦੋਂ ਬਾਅਦ ਫਿਰ ਜਿਹੜਾ ਪ੍ਰੋਸੈਸ ਹੁੰਦਾ ਉਹ ਲਗਭਗ 2-3 ਮਹੀਨੇ ਦਾ ਹੁੰਦਾ ਵਾ, ਹੈ ਨਾ। 2-3 ਮਹੀਨੇ ਜਾਣੀ ਉਹਨੂੰ ਲੱਗ ਜਾਂਦੇ ਨੇ ਵੀ ਅੰਬੈਸੀ ਇੰਟਰਵਿਊ ਤੋਂ ਬਾਅਦ 2-3 ਮਹੀਨੇ ਹੁਣ ਦੇ ਟਾਈਮ ਲੱਗ ਰਹੇ ਨੇ, 3 ਮਹੀਨੇ ਵੀ ਲੱਗ ਰਹੇ ਨੇ ਕਈਆਂ ਦੇ, ਜਿਨ੍ਹਾਂ ਦਾ ਇੰਟਰਵਿਊ ਹੋ ਗਈ 3-3 ਮਹੀਨੇ ਬਾਅਦ ਵੀ ਮੇਲਾਂ ਆਉਂਦੀਆਂ ਨੇ। ਫਿਰ ਉਦੋਂ ਬਾਅਦ ਤੁਹਾਨੂੰ 3 ਮਹੀਨੇ ਜਾਂ 2 ਮਹੀਨੇ ਬਾਅਦ ਮੇਲ ਪਾ ਦਿੰਦੇ ਆ ਜਾਂ ਫੋਨ ਕਰ ਦਿੰਦੇ ਆ ਵੀ ਆਪਣਾ ਪਾਸਪੋਰਟ ਆ ਕੇ ਲੈ ਜਾਓ, ਤੁਹਾਡੀ ਫਾਈਲ ਤਿਆਰ ਆ। ਅਤੇ ਇੰਨਾ ਕੁ ਜਾਣੀ ਪ੍ਰੋਸੈਸ ਹੁੰਦਾ, ਲਗਭਗ 5-6 ਮਹੀਨਿਆਂ ਦਾ ਪ੍ਰੋਸੈਸ ਹੁੰਦਾ ਵਾ, ਹੈ ਨਾ ਸਾਰਾ। ਅਤੇ ਮੈਂ ਜਿਹੜੀ ਸਾਈਟ ਦੀ ਗੱਲ ਕਰਦਾ ਸੀਗਾ ਉਹ ਤੁਸੀਂ ਭਰ ਲੈਣਾ ਵਾ helpers.hungry, helpers.hungry ਸਕਰੀਨ 'ਤੇ ਵੀ ਦੇਖ ਸਕਦੇ ਹੋ ਤੁਸੀਂ। ਇਹਦੇ 'ਤੇ ਜਾਣੀ ਪੂਰੀ ਇਨਫੋਰਮੇਸ਼ਨ ਦਿੱਤੀ ਹੁੰਦੀ ਆ ਵੀਜ਼ੇ ਬਾਰੇ ਵੀ ਕਿਵੇਂ ਆਉਣਾ, ਕੀ ਡਾਕੂਮੈਂਟ ਲੱਗਦੇ ਆ, ਇਹ ਵੀ ਤੁਹਾਡੀ ਹੈਲਪ ਕਰ ਦੇਣਗੇ ਜੇ ਤੁਸੀਂ ਕਰਵਾਉਣੀ ਚਾਹੁੰਦੇ ਹੋ। helpers.hungry ਤੋਂ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਦੇ ਬਾਰੇ, ਹੈ ਨਾ।
ਤੇ ਜਾਣੀ ਹੈ ਲਗਭਗ 5-6 ਮਹੀਨਿਆਂ ਦਾ ਵਰਕ ਵੀਜ਼ੇ ਦਾ ਪ੍ਰੋਸੈਸ ਹੁੰਦਾ ਵਾ। ਹਾਂ ਮੈਂ ਤੁਹਾਨੂੰ ਵੀਡੀਓ ਬਣਾਉਣੀ ਸੀ ਕਿਉਂਕਿ ਤੁਸੀਂ ਵੀ ਵਾਰ ਵਾਰ ਪੁੱਛਦੇ ਹੁੰਦੇ ਹੋ, ਤਾਂ ਜੋ ਮੈਂ ਇੱਕ ਵਾਰ 'ਚ ਸਾਰਾ ਤੁਹਾਨੂੰ ਪ੍ਰੋਸੈਸ ਸਮਝਾ ਸਕਾਂ। ਅਤੇ ਠੀਕ ਆ ਜੀ, ਚਲੋ ਠੀਕ ਆ ਜੀ, ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ। ਧੰਨਵਾਦ ਸਾਰਿਆਂ ਨੂੰ।